ਡਿੱਠੇ ਸਭੇ ਥਾਵ ਨਹੀਂ ਤੁਧ ਜਿਹਾ, ਬੱਧੋ ਪੁਰਖ ਵਿਧਾਤੇ ਤਾਂ ਤੂੰ ਸੋਹਿਆ। ਸਾਧ ਸੰਗਤ ਜੀ, ਅੱਜ ਅਸੀਂ ਪਹੁੰਚੇ ਹੋਏ ਹਾਂ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਦਰ ਤੇ। ਆਪ ਜੀ ਨੂੰ ਦਰਸ਼ਨ ਕਰਾਉਣ ਜਾ ਰਹੇ ਹਾਂ ਸ਼੍ਰੀ ਹਰਿਮੰਦਰ ਸਾਹਿਬ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ। ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਵੱਲੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਕੀਤੀ ਹੈ। ਆਪ ਜੀ ਨੂੰ ਦਰਸ਼ਨ ਕਰਾਉਂਦੇ ਹਾਂ, ਨਾਲ ਸ਼੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਾਉਂਦੇ ਹਾਂ, ਦੁੱਖ ਭੰਜਨੀ ਬੇਰੀ ਦੇ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ। ਧੰਨ ਧੰਨ ਬਾਬਾ ਦੀਪ ਸਿੰਘ ਜੀਆਂ ਨੇ ਜਿੱਥੇ ਆ ਕੇ ਆਪਣਾ ਸੀਸ ਰੱਖਿਆ ਸੀ ਉਸ ਪਾਵਨ ਪਵਿੱਤਰ ਅਸਥਾਨ ਦੇ ਵੀ ਤੁਹਾਨੂੰ ਦਰਸ਼ਨ ਕਰਾਉਣੇ ਆ। ਆਪ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਹੋਰ ਸੰਗਤਾਂ ਵੀ ਦਰਸ਼ਨ ਮੇਲੇ ਕਰ ਸਕਣ ਅਤੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਵਾਗਤ ਹੈ ਤੁਹਾਡਾ ਸਾਡੇ ਨਵੇਂ ਬਲੌਗ ਵਿੱਚ। ਆਸ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ, ਤੰਦਰੁਸਤ ਹੋਵੋਗੇ। ਗੁਰੂ ਜੀ ਨੂੰ ਪਿਆਰ ਕਰਨ ਵਾਲੀ ਸੰਗਤ ਜਿੱਥੇ ਵੀ ਬੈਠੀ ਹੈ, ਦੇਸ਼ ਵਿੱਚ ਹੈ ਚਾਹੇ ਵਿਦੇਸ਼ ਵਿੱਚ ਹੈ, ਜਦੋਂ ਵੀ ਸਿੱਖ ਅਰਦਾਸ ਕਰਦਾ ਹੈ ਇੱਕ ਚੀਜ਼ ਅਰਦਾਸ ਵਿੱਚ ਜ਼ਰੂਰ ਮੰਗਦਾ ਹੈ। ਜਿੱਥੇ ਆਪਾਂ ਇਹ ਮੰਗਦੇ ਹਾਂ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਦਾਨਾ ਸਰਦਾਨ, ਨਾਮ ਦਾਨ, ਅਤੇ ਉੱਥੇ ਨਾਲ ਇੱਕ ਚੀਜ਼ ਮੰਗੀ ਜਾਂਦੀ ਹੈ, ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨੀ ਇਸ਼ਨਾਨ। ਹਰ ਇੱਕ ਸਿੱਖ ਦੇ ਮਨ ਦੀ ਇੱਛਾ ਹੁੰਦੀ ਹੈ ਵੀ ਅਸੀਂ ਦਰਬਾਰ ਸਾਹਿਬ ਦੇ ਦਰਸ਼ਨ ਕਰੀਏ। ਸੰਗਤ ਜੀ, ਜਦੋਂ ਅਸੀਂ ਦਰਬਾਰ ਸਾਹਿਬ ਵੱਲ ਨੂੰ ਜਾਂਦੇ ਹਾਂ, ਆਪ ਜੀ ਸਾਹਮਣੇ ਦਰਸ਼ਨ ਕਰ ਰਹੇ ਹੋ ਸ਼੍ਰੀ ਹਰਿਮੰਦਰ ਸਾਹਿਬ, ਸ਼੍ਰੀ ਦਰਬਾਰ ਸਾਹਿਬ, ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦਾ ਦਰ ਘਰ ਜਾਂਦੇ ਹਾਂ, ਇਉਂ ਮਹਿਸੂਸ ਹੁੰਦਾ ਜਿਵੇਂ ਆਪਾਂ ਸੱਚਖੰਡ ਵਿੱਚ ਪਹੁੰਚ ਗਏ ਹੋਈਏ। ਇੱਕੋ ਇੱਕ ਇਹੋ ਜਿਹਾ ਅਸਥਾਨ ਹੈ ਜਿੱਥੇ ਆ ਕੇ ਮਨ ਨੂੰ ਇੰਨਾ ਸਕੂਨ ਮਿਲਦਾ ਹੈ, ਇੰਨੀ ਠੰਡਤ ਮਿਲਦੀ ਹੈ। ਦਰਬਾਰ ਸਾਹਿਬ ਇੱਕੋ ਇੱਕ ਇਹੋ ਜਿਹਾ ਅਸਥਾਨ ਤੁਸੀਂ ਵੇਖੋਗੇ ਜਿੱਥੇ ਹਿੰਦੂ ਵੀ ਆਉਂਦਾ ਹੈ, ਮੁਸਲਮਾਨ ਵੀ ਆਉਂਦਾ ਹੈ, ਈਸਾਈ ਵੀ ਆਉਂਦਾ ਹੈ, ਸਿੱਖ ਨੇ ਤਾਂ ਜਾਣਾ ਹੀ ਜਾਣਾ ਹੈ। ਪੁਰਾਣੇ ਸਿੱਖ ਇੱਕ ਗੱਲ ਜ਼ਰੂਰ ਸਤਿਗੁਰੂ ਜੀਆਂ ਪਾਸੋਂ ਮੰਗਦੇ ਹੁੰਦੇ ਸੀ, ਜਦੋਂ ਵੀ ਦਰਬਾਰ ਸਾਹਿਬ ਜਾਂਦੇ ਸੀ ਝੋਲੀ ਅੱਡ ਕੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਬੇਨਤੀ ਕਰਦੇ ਸੀ, ਧੰਨ ਧੰਨ ਰਾਮਦਾਸ ਗੁਰ, ਰੱਖੀ ਗਰੀਬ ਦੀ ਲਾਜ, ਕਰੀ ਨਾ ਕਿਸੇ ਦਾ ਮੁਹਤਾਜ। ਅੱਜ ਵੀ ਭਾਵਨਾ ਵਾਲੇ ਜਿਹੜੇ ਇਹ ਮੰਗਦੇ ਆ ਸਤਿਗੁਰੂ ਜੀਆਂ ਪਾਸੋਂ, ਅਤੇ ਗੁਰੂ ਰਾਮਦਾਸ ਮਹਾਰਾਜ ਕਿਸੇ ਦੀ ਵੀ ਮੁਹਤਾਜੀ ਨਹੀਂ ਕਰਨ ਦਿੰਦੇ। ਜਿਹੜਾ ਵੀ ਭਾਵਨਾ ਦੇ ਨਾਲ ਸਤਿਗੁਰੂ ਜੀਆਂ ਪਾਸੋਂ ਜੋ ਕੁਝ ਵੀ ਮੰਗਦਾ ਹੈ, ਗੁਰੂ ਸਾਹਿਬ ਝੋਲੀਆਂ ਜ਼ਰੂਰ ਭਰਦੇ ਹਨ। ਆਪ ਜੀ ਸਾਹਮਣੇ ਸੰਗਤ ਜੀ ਦਰਸ਼ਨ ਕਰ ਰਹੇ ਹੋ, ਦੁੱਖ ਭੰਜਨੀ ਬੇਰੀ, ਇਹ ਉਹ ਦੁੱਖ ਭੰਜਨੀ ਬੇਰੀ ਹੈ ਜਿਸ ਬੇਰੀ ਹੇਠਾਂ ਬੀਬੀ ਰਜਨੀ ਦੇ ਕੋਹੜੀ ਪਤੀ ਨੇ ਇਸ਼ਨਾਨ ਕੀਤਾ ਅਤੇ ਉਹਦਾ ਕੋਹੜ ਦੂਰ ਹੋ ਗਿਆ। ਅੱਜ ਵੀ ਸੰਗਤਾਂ ਭਾਵਨਾ ਦੇ ਨਾਲ ਇੱਥੇ ਆ ਕੇ ਇਸ਼ਨਾਨ ਕਰਦੀਆਂ ਹਨ, ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਦੀਆਂ ਹਨ ਅਤੇ ਉਹਨਾਂ ਦਾ ਦੁੱਖ ਕੱਟਿਆ ਜਾਂਦਾ ਹੈ। ਤੁਸੀਂ ਵੀ ਬੜੀ ਵਾਰ ਸੁਣਿਆ ਹੋਣਾ, ਦੁੱਖ ਭੰਜਨੀ ਬੇਰੀ ਹੇਠਾਂ ਇਸ਼ਨਾਨ ਕਰਕੇ ਕਿਸੇ ਦੀ ਅੱਖਾਂ ਦੀ ਰੋਸ਼ਨੀ ਆ ਗਈ, ਕਿਸੇ ਦਾ ਤਨ ਤੰਦਰੁਸਤ ਹੋ ਗਿਆ, ਕਿਸੇ ਦਾ ਕੋਈ ਰੋਗ ਕੱਟਿਆ ਗਿਆ, ਕਿਸੇ ਦਾ ਕੋਈ ਰੋਗ ਕੱਟਿਆ ਗਿਆ। ਇਹ ਜੋ ਤੁਸੀਂ ਸਾਹਮਣੇ ਥੜਾ ਸਾਹਿਬ ਵੇਖ ਰਹੇ ਹੋ, ਇਸ ਥਾਂ ਤੇ ਬੈਠ ਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਇਸ ਸਰੋਵਰ ਨੂੰ ਪੱਕਿਆਂ ਕਰਨ ਦੀ ਸੇਵਾ ਕਰਵਾਈ ਸੀ ਤੇ ਇੱਥੇ ਹੀ ਮਹਾਰਾਜ ਸੱਚੇ ਪਾਤਸ਼ਾਹ ਨੇ ਗੋਇੰਦਵਾਲ ਸਾਹਿਬ ਤੋਂ ਪੋਥੀਆਂ ਲਿਆ ਕੇ ਸਭ ਤੋਂ ਪਹਿਲਾਂ ਰੱਖੀਆਂ ਸਨ। ਦਰਬਾਰ ਸਾਹਿਬ ਪਰਿਕਰਮਾ ਵਿੱਚ ਹੀ ਧੰਨ ਧੰਨ ਬਾਬਾ ਦੀਪ ਸਿੰਘ ਜੀਆਂ ਦਾ ਇਹ ਅਸਥਾਨ ਬਣਿਆ ਹੋਇਆ। ਇਹ ਉਹ ਅਸਥਾਨ ਹੈ ਸ਼੍ਰੀ ਦਰਬਾਰ ਸਾਹਿਬ ਦੀ ਪਵਿੱਤਰਤਾ ਨੂੰ ਕਾਇਮ ਰੱਖਦਿਆਂ ਹੋਇਆ ਬਾਬਾ ਜੀ ਨੇ ਜ਼ਾਲਮਾਂ ਦੇ ਆਹੂ ਲਾਉਂਦੇ ਹੋਏ ਜਿੱਥੇ ਆ ਕੇ ਬਾਬਾ ਦੀਪ ਸਿੰਘ ਜੀਆਂ ਨੇ ਆਪਣਾ ਸੀਸ ਰੱਖਿਆ ਸੀ। ਧੜ ਤੋਂ ਅਲੱਗ ਬਾਬਾ ਜੀ ਦਾ ਸੀਸ ਹੋਇਆ ਸੀ, ਇੱਕ ਹੱਥ ਵਿੱਚ ਖੰਡਾ ਅਤੇ ਇੱਕ ਹੱਥ ਵਿੱਚ ਸੀਸ ਲੈ ਕੇ ਬਾਬਾ ਦੀਪ ਸਿੰਘ ਜੀ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਦਰ ਘਰ ਆਏ ਸਨ। ਇੱਥੇ ਆ ਕੇ ਬਾਬਾ ਜੀ ਨੇ ਆਪਣਾ ਸੀਸ ਰੱਖਿਆ। ਸੰਗਤ ਜੀ, ਸਾਹਮਣੇ ਤੁਸੀਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਦਰਸ਼ਨ ਕਰ ਰਹੇ ਹੋ, ਇੱਧਰ ਹਰਿਮੰਦਰ ਸਾਹਿਬ ਹੈ, ਉੱਧਰਲੀ ਸਾਈਡ ਸ਼੍ਰੀ ਅਕਾਲ ਤਖ਼ਤ ਸਾਹਿਬ ਹੈ। ਆਓ ਹੁਣ ਤੁਹਾਨੂੰ ਸੰਗਤ ਦੇ ਦਰਸ਼ਨ ਕਰਾਉਂਦੇ ਹਾਂ, ਜਿਹੜੀ ਸੰਗਤ ਸ਼੍ਰੀ ਹਰਿਮੰਦਰ ਸਾਹਿਬ ਨਮਸਕਾਰ ਕਰਨ ਵਾਸਤੇ ਖੜ੍ਹੀ ਹੈ। ਆਪ ਜੀ ਸਾਹਮਣੇ ਵੇਖ ਰਹੇ ਹੋ ਕਿੰਨੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ। ਸੇਵਾਦਾਰ ਵੀਰ ਦੱਸ ਰਹੇ ਸੀ ਘੱਟੋ ਘੱਟ
ਦੋ ਢਾਈ ਘੰਟੇ ਸਤਿਗੁਰੂ ਜੀਆਂ ਨੂੰ ਨਮਸਕਾਰ ਕਰਨ ਵਾਸਤੇ ਲੱਗ ਜਾਂਦੇ ਹਨ ਜੀ। ਸੰਗਤ ਗੁਰੂ ਰਾਮਦਾਸ ਮਹਾਰਾਜ ਨੂੰ ਬਹੁਤ ਪਿਆਰ ਕਰਦੀ ਹੈ। ਆਓ ਹੁਣ ਤੁਹਾਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਦਰਸ਼ਨ ਕਰਾਈਏ। ਆ ਸਾਹਮਣੇ ਤੁਸੀਂ ਵੀਡੀਓ ਵਿੱਚ ਵੇਖ ਰਹੇ ਹੋ, ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਮਹਾਰਾਜ ਵੱਲੋਂ ਜ਼ੁਲਮ ਰਾਜ ਦੇ ਵਿਰੁੱਧ ਸਥਾਪਿਤ ਕੀਤਾ ਸਰਬ ਉੱਚ ਅਸਥਾਨ ਸ਼੍ਰੀ ਅਕਾਲ ਤਖਤ ਸਾਹਿਬ, ਸਿੱਖਾਂ ਦੀ ਸਿਰਮੌਰ ਸੁਪਰੀਮ ਕੋਰਟ। ਇਸ ਅਸਥਾਨ ਤੋਂ ਸਿੱਖ ਕੌਮ ਲਈ ਸੰਦੇਸ਼ ਜਾਰੀ ਹੁੰਦੇ ਹਨ। ਇਹ ਸੀ ਅੱਜ ਦਾ ਬਲੌਗ। ਜੇ ਤੁਹਾਨੂੰ ਬਲੌਗ ਵਧੀਆ ਲੱਗਿਆ ਲਾਈਕ ਕਮੈਂਟ ਜ਼ਰੂਰ ਕਰ ਦਿਓ, ਸ਼ੇਅਰ ਜ਼ਰੂਰ ਕਰ ਦਿਓ। ਜਲਦ ਹੀ ਅਗਲੇ ਬਲੌਗ ਵਿੱਚ ਮਿਲਦੇ ਹਾਂ। ਇੱਥੇ ਹੀ ਬਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।